ਤੇ ਆਓ ਹੁਣ ਸੁਣਦੇ ਹਾਂ ਅੱਜ ਦੇ ਬਿਲਕੁਲ ਤਾਜ਼ਾ ਪੋਲੀਟੀਕਲ ਬਿਆਨ। ਖੁਸ਼ੀ ਹੈ, ਹੋਰ ਕੀ ਕਹਿਣਾ ਚਾਹੇਂਗੇ ਸਰ? ਜਲਾਲਾਬਾਦ ਕੀ ਅਗਰ ਬਾਤ ਕਰੇ ਔਰ ਦਾਖਾ ਕੀ ਅਗਰ ਬਾਤ ਕਰੇ, ਕਿਸ ਤਰ੍ਹਾਂ ਦੇਖਦੇ ਹੈਂ ਇਸਕੋ? ਇੱਕ ਹਾਰ ਹੈ, ਇੱਕ ਜੀਤ ਹੈ ਸਰ? ਦੇਖੀਏ, ਇਲੈਕਸ਼ਨਸ ਮੇਂ ਹਾਰ ਜੀਤ ਹੋਤੀ ਹੈ। ਮੈਂ ਪਹਿਲੇ ਆਪਣੀ ਇਲੈਕਸ਼ਨ ਦੋ ਬਾਰ ਹਾਰਾ ਹੂੰ ਜਿੱਤਨੇ ਸੇ ਪਹਿਲੇ, ਤੋ ਦਿਸ ਇਜ਼ ਪਾਰਟ ਆਫ ਦ ਗੇਮ। ਸਰ ਆਜ ਮੇਂ ਕੋਈ ਆਸਰ ਆਜ ਬਟਾਲਾ ਮੇਂ ਆਜ ਸਰ ਬਟਾਲਾ ਮੇਂ ਕੈਬਨਿਟ ਮੀਟਿੰਗ ਹੋਈ ਹੈ ਸਰ, ਉਸਮੇਂ ਕਿਆ ਕਿਆ ਅਹਿਮ ਫੈਸਲੇ? ਵੋ ਪੁਆਇੰਟਸ ਹਮਾਰੇ ਕੈਬਨਿਟ ਬਰੀਫਿੰਗ ਮੇਂ ਮੈਨੇ ਬਟਾਲੇ ਕਰ ਦੀ। ਸਰ ਹਰਿਆਣਾ ਦੇਰ ਇਜ਼ ਅ ਟਫ ਕੰਪੀਟੀਸ਼ਨ ਗਿਵਨ ਬਾਈ ਕਾਂਗਰਸ ਆਲਸੋ, ਹਾਊ ਡੂ ਯੂ ਇਵੈਲੂਏਟ ਦਿਸ ਟਫ ਕੰਪੀਟੀਸ਼ਨ? ਵੀ ਨੀਅਰਲੀ ਵਨ ਦ ਸ਼ੋ, ਵਾਟ ਯੂ ਥਿੰਕ ਟਫ ਕੰਪੀਟੀਸ਼ਨ? ਹਮ ਤੋ ਅਗਰ ਥੋੜੀ ਔਰ ਐਫਰਟ ਹੋ ਜਾਤੀ ਹਮ ਜੀਤ ਜਾਤੇ। ਸਰ ਡੂ ਯੂ ਗਿਵ ਕ੍ਰੈਡਿਟ ਟੂ ਭੁਪਿੰਦਰ ਸਿੰਘ? 100% 100% ਟੂ ਆਰ ਪਾਰਟੀ ਐਂਡ ਪਾਰਟੀ ਵਰਕਰਸ ਐਂਡ ਟੂ ਦੇਅਰ ਲੀਡਰ ਹੂ ਇਜ਼ ਮਿਸਟਰ ਭੁਪਿੰਦਰ ਸਿੰਘ ਹੁੱਡਾ। ਸੀਐਮ ਸਾਹਿਬ, ਤੁਸੀਂ ਮੰਨਦੇ ਹੋ ਕਿ ਅਕਾਲੀ ਦਲ ਦਾ ਜਿਹੜਾ ਕਿਲਾ ਹੈ ਉਹ ਢਾਇਆ ਗਿਆ ਹੈ ਅਕਾਲੀ ਦਲ ਦਾ ਜਲਾਲਾਬਾਦ ਦੇ ਵਿੱਚ ਜਿਹੜੀ ਵੱਡੀ ਜਿੱਤ ਹਾਸਲ ਕੀਤੀ? ਦੋ ਉਹਨਾਂ ਦੇ ਵਜ਼ੀਰ ਨੇ, ਇੱਕ ਜਲਾਲਾਬਾਦ ਤੋਂ ਇੱਕ ਫਗਵਾੜੇ ਤੋਂ, ਦੋਨੋਂ ਹਾਰ ਗਏ। ਸਰ ਕੀ ਕਾਰਨ ਰਿਹਾ ਕੈਪਟਨ ਸੰਦੀਪ ਸਿੰਘ ਸੰਧੂ ਨੂੰ ਹਾਰ ਮਿਲੀ? ਕੀ ਕਾਰਨ ਦੀਪ ਸਿੰਘ ਕੀ ਕਾਰਨ ਹੈ ਕਿ ਮੈਂ ਆਪਣੀ ਇਲੈਕਸ਼ਨ ਪਹਿਲੀ ਹਾਰ ਗਿਆ ਸੀ? ਦੀਪ ਸਿੰਘ ਸਰ ਉਹਤੇ ਚਲੋ ਬਸ, ਵੱਡੇ ਕੈਪਟਨ ਦਾ, ਕੈਪਟਨ ਅਮਰਿੰਦਰ ਸਿੰਘ ਦਾ ਚਹੇਤਾ, ਸਭ ਤੋਂ ਨਿਕਟਵਰਤੀ ਸਾਥੀ ਜਿਹਨੂੰ ਇਹਨਾਂ ਨੇ ਜਿਹਨੂੰ ਜਿਤਾਉਣ ਵਾਸਤੇ ਪੂਰੇ ਡੰਡੇ ਤੰਤਰ ਦਾ, ਧੱਕੇਸ਼ਾਹੀ ਦਾ, ਹਰ ਤਰੀਕੇ ਦਾ, ਪੈਸੇ ਦਾ ਦੁਰਵਿਯੋਗ, ਹਰ ਚੀਜ਼ ਦੀ ਵਰਤੋਂ ਕੀਤੀ ਸੀ ਕੇਵਲ ਅਤੇ ਕੇਵਲ ਨਿੱਕੇ ਕੈਪਟਨ ਨੂੰ ਜਿਤਾਉਣ ਵਾਸਤੇ। ਔਰ ਭਾਵੇਂ ਉਹ ਆਪ ਸੀ, ਭਾਵੇਂ ਉਹ ਲਿਪ ਸੀ, ਜਿੰਨੀਆਂ ਪਾਰਟੀਆਂ ਸਨ, ਰਲ ਮਿਲ ਕੇ ਸਭ ਦਾ ਇੱਕੋ ਨਿਸ਼ਾਨਾ ਸੀ ਕਿ ਅਯਾਲੀ ਸਾਹਿਬ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਕੈਂਡੀਡੇਟ ਇੱਥੋਂ ਕਿਸੇ ਹਾਲਾਤ 'ਚ ਨਹੀਂ ਜਿੱਤਣਾ ਚਾਹੀਦਾ, ਹੋਰ ਜਿਹੜਾ ਮਰਜ਼ੀ ਜਿੱਤ ਜਾਓ। ਮਗਰ ਗੁਰੂ ਸਾਹਿਬ ਦੀ ਬਖਸ਼ਿਸ਼ ਅਤੇ ਦਾਖੇ ਹਲਕੇ ਦੇ ਲੋਕਾਂ ਨੇ ਸਰ ਮਨਪ੍ਰੀਤ ਸਿੰਘ ਜੀ ਅਯਾਲੀ ਦੇ ਕੰਮਾਂ ਨੂੰ ਵੇਖਦਿਆਂ ਵੱਡੇ ਕੈਪਟਨ ਨੂੰ ਵੀ ਇਸ ਹਲਕੇ ਤੋਂ ਭਜਾਇਆ, ਛੋਟੇ ਕੈਪਟਨ ਨੂੰ ਵੀ ਭਜਾਇਆ, ਔਰ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ, ਸਰਦਾਰ ਸੁਖਬੀਰ ਸਿੰਘ ਜੀ ਬਾਦਲ, ਬੀਬਾ ਹਰਸਿਮਰਤ ਕੌਰ ਬਾਦਲ ਜੀ, ਔਰ ਸਮੁੱਚਾ ਸ਼੍ਰੋਮਣੀ ਅਕਾਲੀ ਦਲ ਦਾ ਪਰਿਵਾਰ, ਜਿਹਨੇ ਹਰ ਇੱਕ ਉਸ ਨੌਜਵਾਨ ਦੀ, ਬਜ਼ੁਰਗ ਦੀ, ਮਾਤਾ ਦੀ, ਭੈਣ ਦੀ ਮੈਂ ਧੰਨਵਾਦੀ ਹਾਂ, ਜਿਨ੍ਹਾਂ ਨੇ ਜਬਰ ਅਤੇ ਜ਼ੁਲਮ ਦੇ ਖਿਲਾਫ਼, ਤੁਸੀਂ ਕਰਤਾਰ ਸਿੰਘ ਜੀ ਸਰਾਭਾ ਦੀ ਉਸ ਪਿੰਡ 'ਚ ਵੀ ਤੁਸੀਂ ਦੇਖਿਆ ਸੀਗਾ ਕਿਵੇਂ ਚੋਣ ਜਿਹੜੀ ਪ੍ਰਕਿਰਿਆ ਉਹਦੀ ਕਿਵੇਂ ਉਲੰਘਣਾ ਹੋ ਰਹੀ ਸੀ, ਔਰ ਪ੍ਰਸ਼ਾਸਨ ਸੁੱਤਾ ਪਿਆ ਸੀ, ਮਗਰ ਲੋਕਾਂ ਨੇ ਜਵਾਬ ਦਿੱਤਾ। ਔਰ ਮੈਂ ਬਾਰ ਬਾਰ ਕਹਿੰਦਾ ਕਿ 21 ਸਾਲਾਂ ਬਾਅਦ ਆਪੋਜੀਸ਼ਨ ਪਾਰਟੀ ਦਾ ਸਰਕਾਰ ਦੇ ਜਬਰ ਨੂੰ, ਸਰਕਾਰ ਦੇ ਜ਼ੁਲਮ ਨੂੰ ਹਰਾਉਣਾ, ਔਰ ਸਿੱਧਾ ਸੀਐਮ ਹਾਊਸ ਦੇ ਕੈਂਡੀਡੇਟ ਨੂੰ, ਕੈਪਟਨ ਦੀ ਸੱਜੀ ਬਾਂਹ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੂੰ ਇੱਕ ਸਿੱਧੀ ਚੇਤਾਵਨੀ ਅੱਜ ਦੇ ਰੂਪ 'ਚ ਗਈ ਹੈ ਕਿ ਲੋਕ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੂੰ ਰਿਜੈਕਟ ਕਰਦੇ, ਉਹਨਾਂ ਦੇ ਫੇਵਰੇਟ ਕੈਂਡੀਡੇਟ ਨੂੰ ਦਾਖੇ ਹਲਕੇ ਦੇ ਲੋਕਾਂ ਨੇ ਵਿਹਲਾ ਕਰਨ ਦਾ ਕੰਮ ਕੀਤਾ। 15,000 ਰੀਡ ਹੋ ਚੁੱਕੀ ਆ, ਹਜੇ ਦੋ ਤਿੰਨ ਮਸ਼ੀਨਾਂ ਉਹ VVPAT ਤੋਂ ਰਾਹੀਂ ਗਿਣਤੀ ਹੋ ਰਹੀ ਆ, ਹਜੇ ਘੰਟਾ ਲੱਗ ਜਾਣਾ ਵਾ ਤਕਰੀਬਨ, ਕੁਛ ਮਸ਼ੀਨਾਂ ਦੀ ਉਹ ਕਾਊਂਟਿੰਗ ਨਹੀਂ ਹੋ ਸਕੀ, ਉਹ ਕਰ ਰਹੇ ਨੇ, ਇਸੇ ਕਰਕੇ ਇੱਕ ਘੰਟਾ ਹੋਰ ਲੱਗ ਸਕਦਾ ਵਾ, ਅਤੇ 15,000 ਤੱਕ ਦੀ ਰੀਡ ਜਿਹੜੀ ਹੋ ਚੁੱਕੀ ਆ। ਲੋਕਾਂ ਨੂੰ, ਪਰਮਾਤਮਾ ਨੂੰ, ਜਿਹਦੀ ਕਿਰਪਾ ਨੇ ਇਲੈਕਸ਼ਨ ਲੜੀ ਆ, ਤੁਹਾਨੂੰ ਪਤਾ ਤਾਂ ਹੈਗਾ, ਮੀਡੀਆ ਨੂੰ, ਮੀਡੀਆ ਦਾ ਕਿੱਡਾ ਸਹਿਯੋਗ ਆ, ਤੁਸੀਂ ਸਾਡਾ ਸਾਥ ਦਿੱਤਾ, ਸਾਰੀ ਪਾਰਟੀ ਲੀਡਰਸ਼ਿਪ, ਸ਼੍ਰੋਮਣੀ ਅਕਾਲੀ ਦਲ, ਸੁਖਬੀਰ ਸਿੰਘ ਬਾਦਲ ਜੀ, ਸਭ ਪ੍ਰਕਾਸ਼ ਸਿੰਘ ਬਾਦਲ ਜੀ, ਬੀਬਾ ਹਰਸਿਮਰਤ ਕੌਰ ਬਾਦਲ ਜੀ, ਮਜੀਠੀਆ ਸਾਹਿਬ, ਇਹ ਸਾਰਿਆਂ ਨੂੰ ਸਿਰਾ ਜਾਂਦਾ ਵਾ। ਬਸ ਜਵਾਬ ਦੇ ਤਾ ਲੋਕਾਂ ਨੇ, ਨਹੀਂ ਇਹ ਸਿਰਫ ਨਾ ਜਦੋਂ ਕੋਈ ਬੰਦਾ ਅੱਗੇ ਵੱਧਦਾ ਇਮਾਨਦਾਰੀ ਨਾਲ, ਉਹਨੂੰ ਰੋਕਣ ਲਈ ਪਲੈਨਿੰਗਸ ਹੁੰਦੀਆਂ ਨੇ, ਸਾਜ਼ਿਸ਼ਾਂ ਰਚੀਆਂ ਜਾਂਦੀਆਂ ਨੇ ਵੀ ਇਹ ਬੰਦਾ ਅੱਗੇ ਵਧਣ ਵਾਲਾ, ਡਿਵੈਲਪਮੈਂਟ ਕਰ ਰਿਹਾ, ਐਕਸਟਰਾਆਰਡਨਰੀ ਕੰਮ ਕਰ ਰਿਹਾ, ਸੋ ਉਹਦੇ ਕਰਕੇ ਪਿੱਛੇ ਇਹੀ ਸਾਜ਼ਿਸ਼ਾਂ ਰਚੀਆਂ ਗਈਆਂ ਸੀ, ਜਿਹਦਾ ਕੁਛ ਸਮਾਂ ਲੋਕਾਂ 'ਤੇ ਅਸਰ ਵੀ ਰਿਹਾ, ਜੋ ਲੋਕਾਂ ਨੂੰ ਪਤਾ ਲੱਗ ਗਿਆ ਵੀ ਇਹ ਤਾਂ ਸੱਚਾਈ ਤਾਂ ਬਿਲਕੁਲ ਹੀ ਝੂਠ ਹੈਗਾ ਸਾਰਾ, ਅਤੇ ਉਹਦਾ ਫਿਰ ਰਿਜ਼ਲਟ ਤਾਂ ਮਿਲਣਾ ਹੀ ਸੀ ਨਾ। ਵੈਸੇ ਜਿਹੜੀ ਨਿੰਦਿਆ ਕਰਨੀ ਹੈ ਕਿਸੇ ਦੀ ਵੀ, ਝੂਠੀ ਬਾਣੀ ਦੇ ਵਿੱਚ ਵੀ ਕਿਹਾ ਵੀ ਨਿੰਦਿਆ ਬੜੀ ਮਾੜੀ ਹੈ ਕਿਸੇ ਦੀ, ਹੈ ਨਾ, ਜਿਨ੍ਹਾਂ ਨੇ ਕੀਤੀ ਉਹ ਥੱਲੇ ਚਲੇ ਗਏ, ਜਿਹਦੀ ਹੋਈ ਉਹ ਉੱਪਰ ਨੂੰ ਚਲੇ ਗਏ, ਠੀਕ ਨਹੀਂ ਗੱਲ, ਤਰੱਕੀ ਵੱਲ ਚਲੇ ਗਏ। ਸੋ ਇਸ ਲਈ ਕਿਸੇ ਦੀ ਵੀ, ਸਾਨੂੰ ਆਪਣੇ ਕੰਮ ਕਰੋ, ਆਪ ਚੰਗੇ ਕਰੋ, ਆਪ ਚੰਗਾ ਕੰਮ ਕਰੋ, ਆਪ ਕੁਛ ਕਰਕੇ ਦਿਖਾਓ, ਦੂਜੇ ਦੀ ਨਿੰਦਿਆ ਕਰਨ ਦੀ ਬਜਾਏ। ਮੇਰੀ ਰਾਏ ਸਾਰੇ ਲੀਡਰ ਸਾਹਿਬਾਨ ਨੂੰ ਕਿ ਆਪਾਂ ਪਿੰਡਾਂ ਦਾ, ਸ਼ਹਿਰਾਂ ਦਾ, ਇਸ ਪੰਜਾਬ ਦਾ ਭਾਈਚਾਰਕ ਮਾਹੌਲ ਸਾਂਝ ਨਾ ਖਰਾਬ ਕਰੀਏ, ਮਾਹੌਲ ਨਾ ਖਰਾਬ ਕਰੋ, ਤੁਸੀਂ ਸਾਡੇ ਨਾਲੋਂ ਵੱਧ ਕੰਮ ਕਰੋ, ਤੁਸੀਂ ਚੰਗੇ ਹੋ, ਸਾਡੇ ਨਾਲ ਵਧੀਆ ਕੰਮ ਕਰੋ, ਹੋਰ ਵਧੀਆ ਪ੍ਰੋਜੈਕਟ ਲੈ ਕੇ ਆਓ, ਆਪਾਂ ਪੰਜਾਬ ਦੀ ਤਰੱਕੀ ਲਈ ਗੱਲ ਕਰੀਏ, ਪੰਜਾਬ ਦੀ ਡਿਵੈਲਪਮੈਂਟ ਦੀ ਗੱਲ ਕਰੀਏ, ਪੰਜਾਬ ਨੂੰ ਯੂਥ ਨੂੰ ਬਚਾਉਣ ਦੀ ਗੱਲ ਕਰੀਏ। ਇਹ ਨਹੀਂ ਵੀ ਜੇ ਇੱਕ ਕੰਮ ਚੰਗਾ ਕੰਮ ਕਰ ਰਿਹਾ ਵੀ ਉਹਨੂੰ, ਉਹਦੇ ਖਿਲਾਫ਼ ਸਾਜ਼ਿਸ਼ਾਂ ਰਚ ਕੇ ਤੁਸੀਂ ਉਹਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰੋ, ਝੂਠਾ। ਸੋ ਉਸ ਚੀਜ਼ ਦਾ ਨਤੀਜਾ ਸਾਹਮਣੇ ਆ ਗਿਆ, ਪਰਮਾਤਮਾ ਬੇਹੰਤ ਆ। ਜਲਾਲਾਬਾਦ ਦੇ ਸਾਰੇ ਵੋਟਰਾਂ ਦਾ, ਸਾਰੀ ਪਬਲਿਕ ਦਾ, ਪ੍ਰੈਸ ਦਾ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਇੰਨਾ ਵੱਡੀ ਮਾਰਜਨ ਨਾਲ ਕਾਂਗਰਸ ਪਾਰਟੀ ਨੂੰ ਜਿਤਾਇਆ।
ਵਿਸ਼ਵਾਸ ਦਵਾਇਆ ਮੈਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਅਕਾਲੀ ਦਲ ਦਾ ਕਿਲਾ ਫਤਿਹ ਕੀਤਾ ਤੁਸੀਂ ਲੋਕਾਂ ਨੇ ਫਤਿਹ ਕੀਤਾ ਇੱਥੋਂ ਦੀ ਪਬਲਿਕ ਨੇ ਫਤਿਹ ਕੀਤਾ ਔਰ ਮੈਂ ਆਪਦੇ ਪੂਰੇ ਸੱਚੇ ਮਨ ਨਾਲ ਇੱਥੋਂ ਦੇ ਲੋਕਾਂ ਦੀ ਸੇਵਾ ਮਿਲੇ ਸਾਹਿਬ ਧੱਕੇਸ਼ਾਹੀ ਦੇ ਆਰੋਪ ਲਗਾਏ ਨੇ ਵੀ ਕੋਈ ਧੱਕੇਸ਼ਾਹੀ ਨਹੀਂ ਹੋਈ ਸਾਰਿਆਂ ਨੂੰ ਪਤਾ ਇਹਨਾਂ ਨੇ ਉਲਟਾ ਸ਼ਹਿਰ ਦੇ ਵਿੱਚ ਕੱਲ੍ਹ ਬਹੁਤ ਧੱਕੇ ਕਰਨ ਦੀ ਕੋਸ਼ਿਸ਼ ਕੀਤੀ ਸਾਰਿਆਂ ਨੂੰ ਪਤਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਿਸ ਕਰਕੇ ਸਾਡੀ 1,000-1,500 ਵੋਟ ਜਿਹੜੀ ਹੋਰ ਪੋਲ ਹੋ ਸਕਦੀ ਪੈਸਾ ਉਹਨਾਂ ਨੇ ਵੰਡਿਆ ਹੋਣਾ ਉਹ ਤਾਂ ਹੀ ਗੱਲਾਂ ਕਰਦੇ ਆ ਬਹੁਤ ਬਹੁਤ ਧੰਨਵਾਦ ਜੀ ਕਹਿ ਸਕਦੇ ਜੀ ਕਿ ਚੋਣ ਮੁਹਿੰਮ ਜਿਹੜੀ ਹੈ ਉਹ ਤਾਂ ਦੋਵਾਂ ਪਾਰਟੀਆਂ ਨੇ ਭਾਰਤੀ ਜਨਤਾ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੇ ਚਾਰਾਂ ਸੀਟਾਂ ਦੇ ਉੱਤੇ ਪੂਰੀ ਜ਼ਬਰਦਸਤ ਚੜਾਈ ਪੂਰੀ ਕਾਰਜਕਰਤਾਵਾਂ ਨੇ ਵੀ ਆਪਣਾ ਪੂਰਾ ਯੋਗਦਾਨ ਦਿੱਤਾ ਲੇਕਿਨ ਜ਼ਿਮਨੀ ਚੋਣਾਂ ਆਮ ਤੌਰ 'ਤੇ ਰੂਲਿੰਗ ਪਾਰਟੀ ਵੱਲ ਜਾਣ ਦਾ ਰੁਝਾਨ ਪੰਜਾਬ ਦਾ ਹੈ ਸੋ ਮੈਨੂੰ ਲੱਗਦਾ ਕਿ ਨਤੀਜੇ ਉਸੇ ਹਿਸਾਬ ਨਾਲ ਆਏ ਨਹੀਂ ਗਠਬੰਧਨ ਦੇ ਵਿਸ਼ੇ 'ਚ ਇਹਨਾਂ ਜ਼ਿਮਨੀ ਚੋਣਾਂ ਦੇ ਨਾਲ ਤਾਂ ਕੋਈ ਉਹਦਾ ਸੰਬੰਧ ਨਹੀਂ ਹੈ ਲੇਕਿਨ ਇਹ ਜ਼ਰੂਰ ਹੈ ਕਿ ਮੰਥਨ ਵਿਚਾਰ ਜਿਹੜਾ ਉਹ ਨਿਰੰਤਰ ਚੱਲਣ ਵਾਲੀ ਪ੍ਰਕਿਰਿਆ ਹੈ ਭਾਰਤੀ ਜਨਤਾ ਪਾਰਟੀ ਸੋ ਜ਼ਰੂਰ ਅਸੀਂ ਆਪਣੀ ਪਾਰਟੀ ਦੀ ਪਰਫੋਰਮੈਂਸ ਬਾਰੇ ਵਿਚਾਰ ਕਰਾਂਗੇ ਉਹ ਤਾਂ ਸਾਰੀ ਦੁਨੀਆ ਨੇ ਦੇਖੇ ਹੈ ਜੀ ਜਿਸ ਤਰ੍ਹਾਂ ਦੇ ਲਲਕਾਰੇ ਇਸ ਤਰ੍ਹਾਂ ਦੀ ਚੈਲੇਂਜਬਾਜ਼ੀ ਕਾਂਗਰਸ ਦੇ ਵੱਡੇ ਵੱਡੇ ਲੀਡਰਾਂ ਨੇ ਕੀਤੀ ਹੈ ਔਰ ਪ੍ਰਸ਼ਾਸਨ ਦੀ ਜਿਸ ਤਰ੍ਹਾਂ ਦੀ ਦੁਰਵਰਤੋਂ ਹੋਈ ਹੈ ਉਹ ਤਾਂ ਸਭ ਨੇ ਉਹ ਨੰਗਾ ਨਾਚ ਪੰਜਾਬ ਦੀ ਜਨਤਾ ਨੇ ਦੇਖਿਆ ਜਬਰ ਜ਼ੁਲਮ ਕਰਨ ਵਾਲੀ ਲੋਕਾਂ 'ਤੇ ਦਬਾਅ ਪਾਉਣ ਵਾਲੀ ਝੂਠੇ ਪੱਤੇ ਦਰਜ ਕਰਨ ਵਾਲੀ ਪ੍ਰਸ਼ਾਸਨ ਦੀ ਕਿਸੇ ਦੀ ਕੋਈ ਕਸਰ ਨਹੀਂ ਛੱਡੀ ਪਰ ਉਹਦੇ ਬਾਵਜੂਦ ਜਿਹੜੀ ਹੈਗੀ ਹੈ ਅਸੀਂ ਦਾਖਲਾ ਸੀਟ ਜਿਹੜੀ ਆ ਬਹੁਤ ਅੱਛੇ ਮਾਧਿਅਮ ਦੇ ਨਾਲ ਜਿੱਤਣ ਦੇ ਵਿੱਚ ਸਫਲ ਹੋਏ ਹਾਂ ਔਰ ਮੁਕੇਰੀਆਂ ਦੀ ਜਿਹੜੀ ਸੀਟ ਹੈ ਬਿਲਕੁਲ ਨੈਟ ਟੂ ਨੈਟ 'ਤੇ ਜਿਹੜੀ ਹੈ ਹਾਲੇ ਕਾਊਂਟਿੰਗ ਚੱਲ ਰਹੀ ਹੈ ਲੇਕਿਨ ਬਿਲਕੁਲ ਫਸਵਾਂ ਮੁਕਾਬਲਾ ਮੁਕੇਰੀਆਂ ਦੀ ਜਿਹੜੀ ਹੈ ਉਹ ਸੀਟ ਦਿੱਤੀ ਪਰ ਜਲਾਲਾਬਾਦ ਦੇ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਇੱਕ ਪਾਸੇ ਗਰੀਬ ਸਧਾਰਨ ਵਰਕਰ ਸੀ ਅਤੇ ਇੱਕ ਪਾਸੇ ਪੈਸੇ ਦੀਆਂ ਬੋਰੀਆਂ ਸੀ ਉੱਥੇ ਪੈਸੇ ਦੀਆਂ ਬੋਰੀਆਂ ਦਾ ਜਿਹੜਾ ਉਹ ਹਾਵੀ ਰਹੀਆਂ ਉਹ ਅਸੀਂ ਪਹਿਲਾਂ ਇਲੈਕਸ਼ਨ ਵਾਲੇ ਦਿਨ ਵੀ ਮੀਡੀਆ ਨੇ ਵੀ ਦਿਖਾਇਆ ਸੀ ਬੰਦੇ ਫੜ ਫੜ ਕੇ ਵੀ ਅਸੀਂ ਦਿਖਾਏ ਕਿ ਕਿੰਨਾ ਪੈਸੇ ਦਾ ਮਿਸਯੂਜ ਉੱਥੇ ਹੋਇਆ ਇਸ ਕਰਕੇ ਫਿਰ ਵੀ ਮੈਂ ਪੰਜਾਬ ਦੀ ਜਨਤਾ ਦਾ ਧੰਨਵਾਦ ਕਰਦਾ ਕਿ ਉਹਨਾਂ ਨੇ ਜਿਹੜਾ ਗੌਰਮੈਂਟ ਦਾ ਭੁਲੇਖਾ ਸੀ ਉਹ ਕੱਢ ਲਿਆ ਇਹਨੂੰ ਤੁਸੀਂ ਗੌਰਮੈਂਟ ਦੀ ਕਾਰਗੁਜ਼ਾਰੀ ਦੀ ਨਹੀਂ ਕਹਿ ਸਕਦੇ ਕਿਸੇ ਵੀ ਤਰੀਕੇ ਕਿਉਂਕਿ ਕਾਰਗੁਜ਼ਾਰੀ ਵਾਲੇ ਪਾਸੇ ਗੌਰਮੈਂਟ ਨੇ ਦਿਖਾਉਣ ਦੀ ਕੋਸ਼ਿਸ਼ ਕੀਤੀ ਨਹੀਂ ਕਿ ਲੋਕਾਂ 'ਚ ਜਾ ਕੇ ਕਿਤੇ ਲੋਕਾਂ ਦੇ ਨਾਲ ਸੰਵਾਦ ਕਰਕੇ ਅਤੇ ਆਪਣੀ ਕਾਰਵਾਈ ਦੀ ਗੱਲ ਕਰ ਸਰਕਾਰ ਦੀ ਸਾਰੀ ਟੇਕ ਧੱਕੇਸ਼ਾਹੀ 'ਤੇ ਸੀਗੀ ਔਰ ਮਿਸਯੂਜ ਆਫ ਗੌਰਮੈਂਟ ਮਸ਼ੀਨਰੀ 'ਤੇ ਸੀਗੀ ਲੇਕਿਨ ਫਿਰ ਵੀ ਜਨਤਾ ਨੇ ਮੈਂ ਸਮਝਦਾ ਕਿ ਜਿਹੜੀ ਹੈ ਸਰਕਾਰ ਨੂੰ ਉਹਦੀ ਥਾਂ ਜਿਹੜੀ ਹੈ ਉਹ ਦਿਖਾਉਣ ਦੇ ਵਿੱਚ ਕਾਫੀ ਵੱਡਾ ਰੋਲ ਪਲੇ ਕੀਤਾ ਕਿਉਂਕਿ ਅੱਜ 24 ਤਾਰੀਖ ਕਾਊਂਟਿੰਗ ਦਾ ਦਿਨ ਹੈ ਸਵੇਰੇ 8 ਵਜੇ ਤੋਂ ਕਾਊਂਟਿੰਗ ਸ਼ੁਰੂ ਹੋ ਗਿਆ ਚਾਰੋਂ ਜਗ੍ਹਾ ਚਾਰ ਅਸੈਂਬਲੀ ਹਲਕੇ ਦੇ ਵਿੱਚ ਜ਼ਿਮਨੀ ਚੋਣ ਹੋ ਰਹੀ ਸੀ ਔਰ ਅੱਜ ਕਾਊਂਟਿੰਗ ਪੂਰਾ ਹੋ ਗਿਆ ਮੇਰੇ ਕੋਲ ਰਿਜ਼ਲਟਸ ਵੀ ਆ ਗਿਆ ਹੈ ਪਗਵਾੜਾ ਮੁਕੇਰੀਆ ਦਾਖਾ ਜਲਾਲਾਬਾਦ ਪਗਵਾੜਾ ਬਲਵਿੰਦਰ ਸਿੰਘ ਧਾਲੀਵਾਲ ਜੀ ਉਹਨਾਂ ਦਾ ਜਿੱਤ ਦੀ ਰਿਜ਼ਲਟ ਡਿਕਲੇਅਰ ਹੋਇਆ ਹੈ ਮੁਕੇਰੀਆ ਇੰਦੂ ਬਾਲਾ ਉਹਨਾਂ ਦਾ ਜੋ ਰਿਜ਼ਲਟ ਡਿਕਲੇਅਰ ਹੋਇਆ ਉਹਨਾਂ ਦੇ ਫੇਵਰ ਦੇ ਵਿੱਚ ਦਾਖਾ ਮਨਪ੍ਰੀਤ ਸਿੰਘ ਅਯਾਲੀ SAD ਦਾ ਰਿਜ਼ਲਟ ਉਹਨਾਂ ਦਾ ਪ੍ਰੋਗਰੈਸ ਹੈ ਲਾਸਟ ਰਾਊਂਡ ਹੋ ਸਕਦਾ ਹੈ ਜਲਾਲਾਬਾਦ ਰਮਿੰਦਰ ਸਿੰਘ ਆਵਲਾ ਵਿਨਰ ਇੱਕ ਰਿਜ਼ਲਟ ਡਿਕਲੇਅਰ ਹੋ ਗਿਆ ਹੈ ਔਰ ਮੋਰਲੈਸ ਫਾਈਨਲ ਨਤੀਜੇ ਤੱਕ ਅਸੀਂ ਪਹੁੰਚ ਰਹੇ ਹਾਂ ਇੱਕ ਹੀ ਜਗ੍ਹਾ ਰਿਜ਼ਲਟ ਇਨ ਪ੍ਰੋਗਰੈਸ ਹੈ ਦਾਖਾ ਦਾਖਾ ਮੈਂ ਔਰ ਇੱਕ ਰਾਊਂਡ ਦੀ ਇਹ ਹੋਣਾ ਬਾਕੀ ਹੈ ਸਰ ਆਲਮੋਸਟ ਕਿਸ ਤਰੀਕੇ ਹੋਏ ਹੰਗਾਮੇ ਕੀ ਕੋਈ ਝੜਪ ਹੈ ਕੁਛ ਐਸੇ ਤੋਂ ਕੋਈ ਖਬਰ ਨਹੀਂ ਹੈ ਕਿ ਸ਼ਾਂਤਮਈ ਤਰੀਕੇ ਸੇ ਪੂਰੀ ਇੱਕਦਮ ਕੋਈ ਝੜਪ ਦੀ ਕੋਈ ਖਬਰ ਹੀ ਨਹੀਂ ਇੱਕਦਮ ਸ਼ਾਂਤ ਹੈ ਹਰ ਜਗ੍ਹਾ ਸ਼ਾਂਤ ਮਾਹੌਲ ਦੇ ਵਿੱਚ ਕਾਊਂਟਿੰਗ ਹੋਇਆ ਹੈ ਸਭੀ DC ਸੇ ਮੈਨੂੰ ਇਨਫੋਰਮੇਸ਼ਨ ਵੀ ਮਿਲ ਗਿਆ ਹੈ ਸਭੀ SSPs ਨੇ ਮੈਨੂੰ ਜਾਣਕਾਰੀ ਦੇ ਦਿੱਤੀ ਹਰ ਜਗ੍ਹਾ ਇੱਕਦਮ ਹੀ ਸ਼ਾਂਤ ਮਾਹੌਲ ਦੇ ਵਿੱਚ ਕਾਊਂਟਿੰਗ ਹੋਇਆ ਹੈ ਰਿਜ਼ਲਟ ਡਿਕਲੇਅਰ ਵੀ 3 ਜਗ੍ਹਾ ਹੋ ਗਿਆ ਹੈ ਔਰ ਦਾਖਾ ਮੈਂ ਰਿਜ਼ਲਟ ਡਿਕਲੇਅਰ ਨਹੀਂ ਹੋਇਆ ਲੀਡਿੰਗ ਕੈਂਡੀਡੇਟ ਹੈ ਸ਼੍ਰੀ ਮਨਪ੍ਰੀਤ ਸਿੰਘ ਅਯਾਲੀ 14,672 ਸੇ ਲੀਡ ਕਰ ਰਹੇ ਰਿਜ਼ਲਟ ਇਨ ਪ੍ਰੋਗਰੈਸ ਹੈ ਦੇਖੋ ਮੇਰੇ ਪਾਸ ਤਾਂ ਕੋਈ ਪੱਕਾ ਸਬੂਤ ਨਹੀਂ ਕਿ ਉਨਕੀ ਜ਼ਿੰਮੇਵਾਰੀ ਲਗਾਈ ਗਈ ਹੈ ਅਗਰ ਉਹ ਲਗਾਏਗੇ ਤਾਂ ਪ੍ਰਕਾਸ਼ ਸਿੰਘ ਬਾਦਲ ਸਾਰੀ ਜ਼ਿੰਦਗੀ ਚੌਧਰੀ ਦੇਵੀ ਲਾਲ ਜੀ ਕੇ ਸਾਥ ਸਾਰੀ ਅਪੋਜੀਸ਼ਨ ਕੋ ਇਕੱਠਾ ਕਰਕੇ ਤਾਂ BJP ਵੀ ਸਾਥ ਹੋਤੀ ਥੀ ਕਾਂਗਰਸ ਕੇ ਜੋ ਗੁਨਾਹ ਥੇ ਉਨਕੇ ਖਿਲਾਫ ਲੜਤੇ ਰਹੇ ਅਬ ਵੀ ਹਮ ਲੜ ਰਹੇ ਹੈ ਕਿਉਂਕਿ ਉਹਨਾਂ ਨੇ ਪੰਜਾਬ ਕਾ ਬਹੁਤ ਉਹਨਾਂ ਨੇ ਪੰਜਾਬ ਦਾ ਬਹੁਤ ਵੱਡਾ ਨੁਕਸਾਨ ਕੀਤਾ ਸੋ ਸਾਹਿਬ ਪ੍ਰਕਾਸ਼ ਸਿੰਘ ਬਾਦਲ ਕੀ ਅਗਰ ਜ਼ਿੰਮੇਵਾਰੀ ਉਹ ਲਗਾਏਗੇ ਮੇਰਾ ਖਿਆਲ ਜ਼ਰੂਰ ਉਹ ਕੋਸ਼ਿਸ਼ ਕਰੇਗੇ ਕਾਂਗਰਸ ਨਾ ਆਏ
ਕਾਂਗਰਸ ਨੂੰ ਰੋਕਣ ਵਾਸਤੇ ਜੋ ਹੈ ਅਹਿਮ ਰੋਲ ਜਿਹੜਾ ਪ੍ਰਕਾਸ਼ ਸਿੰਘ ਬਾਦਲ ਨਜ਼ਰ ਆਉਣ? ਜ਼ਰੂਰ, ਕਾਂਗਰਸ ਨੂੰ ਰੋਕਣ ਵਾਸਤੇ ਜੇ BJP ਚਾਹੂਗੀ ਉਨਕਾ ਮਦਦ ਲੈਣੀ, ਅਗਰ ਉਨਕੋ ਕਹੇਗੀ ਤੋ ਜ਼ਰੂਰ ਉਹ ਆਪਣਾ ਰੋਲ ਅਦਾ ਕਰੇਂਗੇ ਕਾਂਗਰਸ ਕੋ ਰੋਕਣੇ ਕੇ ਲੀਏ। ਲੇਕਿਨ ਮਤਭੇਦ ਨਜ਼ਰ ਆਏ ਸੀਗੇ ਹਰਿਆਣਾ ਚੋਣਾਂ ਦੇ ਵਿੱਚ, ਜੇ ਛੋਟੇ ਮਤਭੇਦ ਪੋਲੀਟਿਕਸ ਮੇਂ ਮੇਥਾਂ ਜੋ ਹੈ ਹੋ ਜਾਤੇ ਹੈ, ਲੇਕਿਨ ਜਬ ਬੜਾ ਗੋਲ ਆਗੇ ਹੋਤਾ ਹੈ ਤੋ ਛੋਟੇ ਮਤਭੇਦ ਪਿੱਛੇ ਛੱਡਣੇ ਪੈਂਦੇ। ਸਰ, ਚੰਗਾ ਪਰਫੋਰਮ ਨਹੀਂ ਕਰ ਪਾਈ ਅਕਾਲੀ ਇਨੈਲੋ ਅੱਜ ਹਰਿਆਣਾ ਚੋਣਾਂ ਦੇ ਵਿੱਚ? ਇਹ ਜਿਹੜਾ ਹੈ ਲੋਕਾਂ ਦਾ ਫੈਸਲਾ ਹੈ। ਵੈਸੇ ਲੋਕਾਂ ਨੇ ਇੱਕ ਚੀਜ਼ ਜ਼ਰੂਰ ਕੀਤੀ ਹੈ, ਇਸੇ ਲਈ ਸਾਡੀ ਸਾਰਿਆਂ ਦੀ ਕੋਸ਼ਿਸ਼ ਸੀ ਕਿ ਪਰਿਵਾਰ ਇਕੱਠਾ ਹੋ ਜਾਵੇ, ਲੋਕ ਸਰਕਾਰ ਦੇਣੀ ਚਾਹੁੰਦੇ ਸੀ। ਸੋ ਹੁਣ ਵੀ ਲੋਕਾਂ ਨੇ ਚੌਧਰੀ ਦੇਵੀ ਲਾਲ ਦੀਆਂ ਨੀਤੀਆਂ ਅਤੇ ਸੋਚ 'ਤੇ, ਜੋ ਪ੍ਰਕਾਸ਼ ਸਿੰਘ ਬਾਦਲ ਜੀ ਔਰ ਚੌਧਰੀ ਦੇਵੀ ਲਾਲ ਜੀ ਇਕੱਠੇ ਹੋ ਕੇ ਜਿਨ੍ਹਾਂ ਨੀਤੀਆਂ 'ਤੇ ਸਾਰੀ ਜ਼ਿੰਦਗੀ ਲੜਦੇ ਰਹੇ, ਉਸੇ ਨੀਤੀਆਂ ਦੇ ਨੂੰ ਆਧਾਰ ਮੰਨ ਕੇ ਹੀ ਦੁਸ਼ਾਂਤ ਚੌਟਾਲਾ ਜੀ ਨੂੰ ਇੱਕ ਬਹੁਤ ਵੱਡਾ ਸਟੇਟ 'ਚੋਂ ਹੁੰਗਾਰਾ ਮਿਲਿਆ। ਇਹ ਉਹਨਾਂ ਨੀਤੀਆਂ ਦਾ ਨਤੀਜਾ ਹੀ ਹੈ। ਸਾਡੇ ਸਾਰੇ ਕਾਂਗਰਸ ਵਰਕਰ ਜਿਨ੍ਹਾਂ ਨੇ ਇਹ ਸਟੇਟ ਸੀਟਾਂ 'ਤੇ ਦੱਬ ਕੇ ਲੜਾਈ ਲਿੱਤੀ ਸੀ, ਉਹਨਾਂ ਨੂੰ ਵਧਾਈ ਵੀ ਦਿੰਦਾ ਔਰ ਉਹਨਾਂ ਦਾ ਧੰਨਵਾਦੀ ਵੀ ਹੈ ਕਿ ਉਹਨਾਂ ਨੇ ਇੱਕਜੁੱਟ ਹੋ ਕੇ ਇਹ ਸਾਡੀ ਲੜਾਈ ਨੂੰ ਸਿਰੇ ਚੜ੍ਹਾਈ, ਜਿਹੜੀ ਅਸੈਂਬਲੀ ਦੀ ਸੀਟਾਂ ਨੇ। ਔਰ ਜਿਹੜੇ ਕੈਂਡੀਡੇਟ ਸਾਡੇ ਜਿੱਤੇ ਨੇ ਉਹਨਾਂ ਨੂੰ ਵਧਾਈ, ਔਰ ਸਾਰੀ ਪਾਰਟੀ ਨੂੰ ਜਿਨ੍ਹਾਂ ਨੇ ਆਪਣਾ ਹਿੱਸਾ ਪਾਇਆ ਇਸ ਚੋਣਾਂ ਦੇ ਵਿੱਚ, ਸਾਡੇ ਮਿਨਿਸਟਰ ਸਾਹਿਬਾਨ ਤੋਂ ਲੈ ਕੇ ਯੂਥ ਕਾਂਗਰਸ ਦੇ ਛੋਟੇ ਤੋਂ ਛੋਟੇ ਬੱਚੇ ਨੂੰ ਇਹਦੇ ਵਿੱਚ ਜੋ ਹਿੱਸਾ ਪਾਇਆ, ਅਸੀਂ ਉਹਨਾਂ ਦੇ ਸ਼ੁਕਰਗੁਜ਼ਾਰ ਹਾਂ। ਇਹ ਤਾਂ ਇੱਥੇ ਹੈ। ਦੂਸਰੀ ਜਿਹੜੀ ਅੱਜ ਕੈਬਨਿਟ ਮੀਟਿੰਗ ਸਾਡੀ ਉਰੇ ਹੋਈ ਹੈ, ਉਹ ਫਾਈਨਲ ਅੱਜ ਅਸੀਂ ਡਿਸਕਸ਼ਨ ਕਈ ਕੀਤੀਆਂ ਨੇ 550 ਸਾਲ ਦੇ ਬਾਰੇ, ਔਰ ਉਹ ਹੁਣ ਅਗਲੇ 2-4 ਦਿਨ ਅਗਲੇ ਦੋ ਚਾਰ ਦਿਨਾਂ ਦੇ ਵਿੱਚ ਇਹਨੂੰ ਪਬਲਿਕ ਕੀਤਾ ਜਾਵੇਗਾ ਕਿ ਕੀ ਪ੍ਰੋਗਰਾਮ ਕੌਣ ਹੋਏਗਾ, ਕੈਸੇ ਚੱਲੇਗਾ। ਸੋ ਆਈ ਹੋਪ ਕਿ 2 ਦਿਨਾਂ ਦੇ ਵਿੱਚ ਅਸੀਂ ਇਸ ਨੂੰ ਤੁਹਾਡੇ ਕੋਲ ਪਹੁੰਚਾ ਦਾਂਗੇ। ਗੱਲ ਹੁਣ ਤੁਸੀਂ ਕੁਛ ਪੁੱਛਣੇ ਹੋਏ ਬਟਾਲੇ ਵਾਸਤੇ ਇੱਕ ਤਾਂ ਅਸੀਂ ਦੇਖੋ ਜੋ ਉੱਥੋਂ ਜੋ ਰਿਕੁਐਸਟ ਅੱਜ ਹੋਈਆਂ ਨੇ ਬਟਾਲੇ ਦੀ ਡਿਵੈਲਪਮੈਂਟ, ਔਰ ਇਹ ਬਟਾਲਾ ਸਾਡੇ ਵਾਸਤੇ ਬੜਾ ਇੰਪੋਰਟੈਂਟ ਇਸ 'ਤੇ ਪਹਿਲੀ ਪਾਤਸ਼ਾਹੀ ਦੇ ਨਾਲ ਸੰਬੰਧਿਤ ਹੈ। ਇਟ ਇਜ਼ ਕਈ ਗੱਲਾਂ ਸਾਡੇ ਮਿਨਿਸਟਰ ਸਾਹਿਬ ਦੀ ਕਮੇਟੀ ਨੇ ਇਹਨਾਂ ਨੂੰ ਬਣਾਈਆਂ ਸੀ। ਇੱਕ ਤਾਂ ਰੋਡ ਹੈ ਜਿਹੜੀ ਸਾਡੀ, ਇਹ ਵੀ ਆਰ ਡੂਇੰਗ 109 ਕਿਲੋਮੀਟਰਸ ਆਫ ਰੋਡ ਜਿਹੜੀ ਲਿੰਕ ਕਰੇਗੀ, ਜਿਹਨੂੰ ਪ੍ਰਕਾਸ਼ ਪੁਰਬ ਮਾਰਗ ਅਸੀਂ ਉਹਦਾ ਨਾਂ ਦਿੱਤਾ, ਔਰ ਗੁਰੂ ਨਾਨਕ ਦੇਵ ਜੀ ਮਾਰਗ ਜੋ ਸੈਂਟਰ ਨੇ ਐਲਾਨ ਕੀਤਾ ਹੈ ਵਾਇਆ ਅੰਮ੍ਰਿਤਸਰ, ਇਹ ਹੋਏਗਾ ਵਾਇਆ ਬਟਾਲਾ। ਇਹ ਇੱਕ ਸਰਕੂਲਰ ਰੋਡ ਇੱਕ ਬਣ ਜਾਏਗੀ। ਉਹ ਆਪਣੀ ਪਾਰਟੀ ਸਾਡੀ ਗਵਰਨਮੈਂਟ ਆਪਣੇ ਆਪ ਕਰ ਰਹੀ ਹੈ, 103 ਕਰੋੜ ਦੇ ਕਰੀਬ ਉਹਦਾ ਖਰਚਾ ਹੋਣਾ। ਦੈਟਸ ਵਨ। ਇੱਕ ਇਹਨਾਂ ਨੇ ਦਿੱਤੀ ਹੈ ਪ੍ਰਪੋਜ਼ਲ ਫੋਰ ਕਸੂਰ ਨਾਲਾ, ਉਹ ਵੀ ਆਰ ਟੇਕਿੰਗ ਦੈਟ ਮੈਟਰ ਅਪ। ਉਹਨੂੰ ਅਸੀਂ ਜੈਸੇ ਅਸੀਂ ਕਰ ਰਹੇ ਬੁੱਢਾ ਨਾਲਾ ਲੁਧਿਆਣੇ ਔਰ ਪਟਿਆਲੇ ਦੇ ਵਿੱਚ ਜਿਹੜੇ ਉੱਥੇ ਨਾਲੇ ਨੇ ਉਹਨਾਂ ਦੇ ਵਾਸਤੇ ਸੇਮ ਵੇ ਵੀ ਵਿਲ ਟੇਕ ਦਿਸ ਅਪ ਟੂ ਡੂ ਦਿਸ। ਥਰਡ, 13 ਕਰੋੜ ਰੁਪਈਏ ਜਾਂ ਜ਼ਿਆਦਾ ਜਿੰਨਾ ਵੀ ਲੱਗੇ ਫੋਰ ਸ਼ਿਫਟਿੰਗ ਆ ਬੱਸ ਸਟੈਂਡ ਔਰ ਉਹਦੇ ਗੁਰਦਾ ਬਟਾਲੇ ਦੇ ਵਿੱਚ, ਉਹਨੂੰ ਅਸੀਂ ਸ਼ਿਫਟ ਕਰਾਂਗੇ। ਚੋਣਾਂ ਦੇ ਫਾਈਨਲ ਨਤੀਜੇ ਆ ਚੁੱਕੇ ਨੇ। ਕੁੱਲ ਸਾਡੇ ਕੋਲ 1,54,368 ਵੋਟਾਂ ਪੋਲ ਹੋਈਆਂ ਸਨ। ਇਸ ਦੇ ਵਿੱਚ ETPBS ਰਾਹੀਂ ਜੋ ਵੋਟਾਂ ਆਈਆਂ ਸਨ ਉਹ ਵੀ ਸ਼ਾਮਲ ਨੇ। ਅਤੇ ਇਸ ਦੇ ਵਿੱਚ ਜੋ ਜੇਤੂ ਕੈਂਡੀਡੇਟ ਨੇ ਸ਼੍ਰੀ ਰਵਿੰਦਰ ਸਿੰਘ ਆਵਲਾ, ਉਹਨਾਂ ਨੂੰ 76,98 ਵੋਟਾਂ ਮਿਲੀਆਂ ਨੇ। ਸੈਕਿੰਡ ਨੰਬਰ 'ਤੇ ਡਾਕਟਰ ਰਾਜ ਸਿੰਘ ਬੀਬੀਪੁਰਾ, ਉਹਨਾਂ ਨੂੰ 59,465 ਵੋਟਾਂ ਮਿਲੀਆਂ ਨੇ। ਤੀਸਰੇ ਨੰਬਰ 'ਤੇ ਆਮ ਆਦਮੀ ਪਾਰਟੀ ਤੋਂ ਮੋਹਿੰਦਰ ਸਿੰਘ ਕਚੂਰਾ, ਉਹਨਾਂ ਨੂੰ 11,301 ਵੋਟਾਂ ਮਿਲੀਆਂ ਨੇ। ਇਸ ਵਿੱਚ ਇਹ ਦੱਸਣਯੋਗ ਹੈ ਕਿ ਜੋ ਜੇਤੂ ਕੈਂਡੀਡੇਟ ਨੇ ਉਹਨਾਂ ਨੇ 16,633 ਵੋਟਾਂ ਦੀ ਲੀਡ ਦੇ ਨਾਲ ਇਹ ਜਿੱਤ ਹਾਸਲ ਕੀਤੀ ਹੈ। ਡਾਕਟਰ ਰਾਜ ਸਿੰਘ ਬੀਬੀਪੁਰਾ ਆਜ਼ਾਦ ਉਮੀਦਵਾਰ, ਜਗਦੀਪ ਕੰਬੋਜ ਗੋਲਡੀ, ਉਹਨਾਂ ਨੂੰ 5,836 ਵੋਟਾਂ ਮਿਲੀਆਂ ਨੇ। ਜੋਗਿੰਦਰ ਸਿੰਘ ਸਨ ਆਫ ਮੋਹਿੰਦਰ ਸਿੰਘ, ਉਹਨਾਂ ਨੂੰ 238 ਵੋਟਾਂ ਮਿਲੀਆਂ ਨੇ। ਜੋਗਿੰਦਰ ਸਿੰਘ ਸਨ ਆਫ ਜਬਰ ਸਿੰਘ, ਉਹਨਾਂ ਨੂੰ 209 ਵੋਟਾਂ ਮਿਲੀਆਂ ਨੇ। ਰਾਜ ਸਿੰਘ ਆਜ਼ਾਦ ਉਮੀਦਵਾਰ, ਉਹਨਾਂ ਨੂੰ 515 ਵੋਟਾਂ ਮਿਲੀਆਂ ਨੇ। ਅਤੇ ਇਸ ਤੋਂ ਇਲਾਵਾ ਨੋਟਾ ਨੂੰ
701 वोटां दे के लोगों ने इन्हां विचों कोई नहीं ऑप्शन सिलेक्ट की है। जो जेतू कैंडीडेट ने उन्होंने सर्टिफिकेट ऑफ इलैक्शन जेतू करार दिंदा होया दे दिता गया। नमस्कार, टुडे वी हैव साइंड द एग्रीमेंट बिटवीन इंडिया एंड पाकिस्तान on the modalities of operationalization of the Kartarpur Sahib corridor at Zero Point International Boundary, Dera Baba Nanak. The Indian delegation was represented by Ministry of External Affairs, Ministry of Defense, Government of Punjab, and Ministry of Home Affairs. All my colleagues are sitting here. As you are already aware, to celebrate the very special and auspicious occasion of the 550th birth anniversary of Sri Guru Nanak Devji, the Union Cabinet had on 22nd November 2018 passed a historic resolution to celebrate this occasion in a grand and befitting manner throughout the country and across the globe. In a landmark decision, the Union Cabinet had also approved the building and development of the Kartarpur Sahib corridor, and from basically starting from Dera Baba Nanak to international boundary, to facilitate pilgrims from India to visit Gurdwara Darbar Sahib Kartarpur round the year in a smooth and easy manner.